ਇਹ ਤਸਵੀਰ ਸਮਰਾਲਾ ਦੀ ਹੈ। ਇੱਥੇ ਅੱਗ ਕਾਰਨ ਕਰੀਬ 2 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਲਗਭਗ 20 ਕਿੱਲੇ ਨਾੜ ਸੜ ਕੇ ਰਾਖ ਬਣ ਗਿਆ। ਅੱਗ ਸਮਰਾਲਾ ਦੇ ਮੇਨ ਹਾਈਵੇ ਨੇੜਲੇ ਖੇਤਾਂ ਦੇ ਵਿੱਚ ਲੱਗੀ ਸੀ। ਜੇਕਰ ਅੱਗ 'ਤੇ ਮੌਕਾ ਰਹਿੰਦੇ ਕਾਬੂ ਨਾ ਪਾਇਆ ਜਾਂਦਾ ਤਾਂ ਨੁਕਸਾਨ ਵੱਡਾ ਹੋ ਸਕਦਾ ਸੀ, ਕਿਉਂਕਿ ਨਾਲ ਹੀ ਸੈਂਕੜੇ ਏਕੜ ਕਣਕ ਦੀ ਫਸਲ ਕਟਾਈ ਦੀ ਉਡੀਕ ਕਰ ਰਹੀ ਹੈ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਫ਼ੀ ਮੁਸ਼ਕਤ ਬਾਅਦ ਸਮੇਂ ਸਿਰ ਕਾਬੂ ਪਾ ਲਿਆ। ਨਤੀਜਾ ਹੋਰ ਵੀ ਵੱਡੇ ਨੁਕਸਾਨ ਤੋਂ ਬਚਾ ਰਿਹਾ। ਹਾਂਜੀ ਹਾਂਜੀ, ਕਣਕ ਖੜੀ ਸੀ। ਕਿੰਨੇ ਕਿੱਲੇ? 2.5 ਕਿੱਲੇ ਨੇ ਜੀ। ਇਹ ਸਾਰੀ ਹੋਗੀ? ਹਾਂਜੀ ਹਾਂਜੀ, ਸਾਰੀ ਹੋਗੀ। ਨਾੜ ਜਿਹੜੀ ਖੜੀ ਸੀ ਇਹ ਕਿੱਥੇ ਸੀ? ਇਹ ਨਾੜ ਨਾਲ ਦੇ ਗਵਾਂਢੀ ਏ ਜੀ, ਸਾਲ ਮਾਝੇ ਦਾ ਹੀ ਮੁੰਡਾ ਜੀ। 2 ਕਿੱਲੇ ਕਿਵੇਂ ਪਤਾ ਲੱਗੋਗੇ? ਸਾਨੂੰ ਤਾਂ ਇਹਨਾਂ ਮੁੰਡੇ ਨੇ ਫੋਨ ਕਰਿਆ ਜੀ, ਕਹਿੰਦਾ ਵੀ ਅੱਗ ਲੱਗ ਗਈ ਕਣਕ ਨੂੰ ਜੀ। ਗੱਡੀਆਂ ਲੱਗੀਆਂ ਆ ਭਜਾਉਣ? ਹਾਂਜੀ ਹਾਂਜੀ। 2 ਕਿੱਲੇ ਦੀ ਹੋਰ ਵੀ ਹੈਗੀ? ਹਾਂਜੀ ਹਾਂਜੀ, ਤਾਂ ਇਹੀ ਨੇ 2 ਜੀ। ਸਾਰੀ ਹੋਗੀ ਜੀ? ਹਾਂਜੀ ਹਾਂਜੀ। ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਜੀ, ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ। ਇਹ ਆਪਣੇ ਸਕੂਲ ਆ, ਸਕੂਲ ਦੇ ਨਾਲ ਹੀ ਸੈਂਟੀਨਲ ਸਕੂਲ ਦੇ ਕੋਲ। ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਟੀਆਂ ਲੱਗੀਆਂ ਹੁਣ ਤੱਕ? ਆਪਣੀ ਫਾਇਰ ਬ੍ਰਿਗੇਡ 3 ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ। ਅੱਗ ਕਿੰਨੀ ਜ਼ਿਆਦਾ ਸੀ? ਅੱਗ ਕਾਫੀ ਸੀਗੀ ਤੇ ਇਹਨੂੰ ਕੰਟਰੋਲ ਕਰ ਲਿਆ ਹੁਣ, ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ।